ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਦਾਦ ਪ੍ਰਾਣਨਾਥ ਅਨਾਥ ਸਖੈ ਦੀਨ ਹੇ ਸੁਮਰਥ ਅਗਮ ਪੂਰਨ ਮੋਹਿ ਮਾਇਆ ਤਾਰ ਅੰਧਕੂਪ ਮਹਾਮਯਾ ਨਾਨਕ ਪਾਰ ਉਤਾਰ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਵਿਰਾਜਮਾਨ ਗੁਰੂ ਰੂਪ ਸੰਗਤ ਜੀ, ਆਓ ਸਾਰੇ ਮਿਲ ਕੇ ਰਸਨਾ ਪਵਿੱਤਰ ਕਰੀਏ, ਸਤਿਗੁਰਾਂ ਵੱਲੋਂ ਬਖਸ਼ਿਸ਼ ਫਤਿਹ ਦਾ ਵਿਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਜੋ ਬਾਬਾ ਸ਼ੇਖ ਫਰੀਦ ਜੀ ਉਹਨਾਂ ਦੀ ਪਾਵਨ ਬਾਣੀ ਸਲੋਕ ਰੂਪ ਵਿੱਚ ਜੋ ਦਰਜ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਅੰਦਰ ਉਸਦੀ ਲੜੀਵਾਰ ਵਿਆਖਿਆ ਦਾ ਉਪਰਾਲਾ ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਸਦਕਾ ਆਰੰਭ ਹੋਇਆ ਹੈ। ਆਰੰਭਿਕ ਜੋ ਬਚਨ ਹਨ ਬਾਬਾ ਸ਼ੇਖ ਫਰੀਦ ਜੀ ਦੇ, ਆਰੰਭਿਕ ਸਲੋਕ ਦੀ ਜੋ ਵਿਆਖਿਆ ਹੋ ਚੁੱਕੀ ਹੈ, ਬਾਬਾ ਸ਼ੇਖ ਫਰੀਦ ਜੀ ਦੁਨੀਆਂ ਦੀ ਦੇਹੀ ਦੀ ਨਾਸ਼ਮਾਨਤਾ ਨੂੰ ਵਿਆਹ ਅਤੇ ਸ਼ਾਦੀ ਦੇ ਪ੍ਰਤੀਕਾਂ ਦੇ ਨਾਲ, ਉਦਾਹਰਣਾਂ ਦੇ ਨਾਲ ਬੜੀ ਖੂਬਸੂਰਤ ਜੋ ਲਹਿਜਾ ਹੈ ਉਹਨਾਂ ਦਾ ਰੂਪਮਾਨ ਕਰਦੇ ਹਨ। ਔਰ ਅਗਲੇ ਜੋ ਸਲੋਕ ਹਨ ਬਾਬਾ ਫਰੀਦ ਜੀ ਆਪਣੇ ਬੜੇ ਉੱਚੇ ਸੁੱਚੇ ਜੋ ਅਨੁਭਵ ਹਨ ਉਹਨਾਂ ਦੇ ਬ੍ਰਹਮ ਗਿਆਨ ਦੇ, ਉਹਨਾਂ ਦੀ ਬੜੇ ਯਥਾਰਥਕ ਅਤੇ ਦੁਨੀਆਂ ਦਾ ਜੋ ਅਸਲੀਅਤ ਦਾ ਪੱਧਰ ਹੈ, ਦੁਨੀਆਂ ਦਾ ਜੋ ਤਲ ਹੈ, ਉਸ ਆਧਾਰ ਤੇ ਬ੍ਰਹਮ ਗਿਆਨ ਦੀ ਦੁਨੀਆਂ ਦੇ ਯਥਾਰਥਕ ਪੱਧਰ ਦੇ ਆਧਾਰ ਤੇ ਉਹ ਵਿਆਖਿਆ ਕਰਦੇ ਹਨ, ਫਰਮਾਉਂਦੇ ਹਨ ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਪੱਤ ਬੰਨ ਉਠਾਈ ਪੋਟਲੀ ਕਿੱਥੇ ਗਵੰਜਾਂ ਕੱਤ। ਬੜੇ ਪਿਆਰੇ ਬੜੇ ਡੂੰਘੇ ਬਚਨ ਹਨ। ਫਰੀਦਾ ਦਰ ਦਰਵੇਸ਼ੀ ਗਾਖੜੀ ਚੱਲਾਂ ਦੁਨੀਆਂ ਪੱਤ ਬੜਾ ਮੁਸ਼ਕਿਲ ਹੈ, ਬੜਾ ਭਿਖਮ ਹੈ
ਜੋ ਪਰਵਤਗਾਰ ਦੇ ਘਰ ਤੇ ਦਰਵੇਸ਼ੀ ਕਮਾਉਣੀ ਹੈ, ਫਕੀਰੀ ਕਮਾਉਣੀ, ਬੜਾ ਬਿਖਰ ਮਾਰਗ ਹੈ। ਫਰੀਦਾ ਦਰ ਦਰਵੇਸ਼ੀ ਗਾਖੜੀ, ਉਸ ਪਰਮਾਤਮਾ ਦੇ ਦਰ ਦੀ ਜੋ ਫਕੀਰੀ ਹੈ, ਉਸ ਪਰਮਾਤਮਾ ਦੇ ਦਰ ਦੀ ਜੋ ਚਾਕਰੀ ਹੈ, ਦਰਵੇਸ਼ੀ ਹੈ, ਉਹ ਬੜੀ ਔਖੀ ਹੈ, ਗਾਖੜੀ ਹੈ। ਬੜੇ ਪਿਆਰੇ ਸ਼ਬਦ ਚੱਲਾਂ ਦੁਨੀਆ ਪੱਤ, ਤੇ ਕੀ ਮੈਂ ਦੁਨੀਆ ਦੇ ਰਸਤੇ ਚੱਲ ਪਾਵਾਂ? ਉਸ ਬਿਖਰ ਮਾਰਗ ਨੂੰ ਦੇਖਦੇ ਹੋਏ ਇਹ ਸ਼ਬਦ ਬਾਬਾ ਫਰੀਦ ਜੀ ਨੇ ਆਪਣੇ ਨਿੱਜੀ ਡੂੰਘੇ ਤਜ਼ਰਬਿਆਂ ਦੇ ਵਿੱਚ ਚੁਣੇ ਹਨ। ਕਿਵੇਂ ਹੈ ਗਾਖੜੀ ਉਹ ਸੇਵਾ, ਉਸ ਮਾਲਕ ਦੇ ਦਰ ਦੀ ਫਕੀਰੀ ਬੜੀ ਔਖੀ ਹੈ, ਬਾਬਾ ਫਰੀਦ ਜੀ ਜ਼ਿਕਰ ਕਰ ਰਹੇ ਹਨ। ਬੜਾ ਔਖਾ ਮਾਰਗ ਹੈ ਤੇ ਦੁਨੀਆਂ ਦਾ ਰਸਤਾ ਅਲੱਗ ਹੈ। ਚੱਲਾਂ ਦੁਨੀਆਂ ਭੱਤ, ਦੁਨੀਆਂ ਦੇ ਰਸਤੇ ਚੱਲ ਪਾਓ, ਉਹ ਅਲੱਗ ਹੈ। ਜ਼ਾਹਰ ਹੈ ਕਿ ਸੌਖਾ ਹੈ, ਅਗਰ ਦਰਵੇਸ਼ੀ ਔਖੀ ਹੈ ਤਾਂ ਜ਼ਾਹਿਰ ਹੈ ਕਿ ਇਹ ਰਸਤਾ ਸੌਖਾ ਹੈ। ਬਾਨੀ ਉਠਾਈ ਪੋਟਲੀ, ਕਿੱਥੇ ਵਜਾ ਕੱਤ, ਜੋ ਮਾਲਕ ਦੇ ਦਰ ਦੀ, ਉਸਦੇ ਸਿਮਰਨ ਦੀ, ਉਸਦੀ ਬੰਦਗੀ ਦੀ ਪੋਟਲੀ ਮੈਂ ਸਿਰ ਤੇ ਉਠਾ ਲਈ, ਇਸ ਨੂੰ ਹੁਣ ਰੱਖ ਕੇ ਕਿੱਥੇ ਜਾਵਾਂ, ਕਿੱਥੇ ਵਜਾ ਕੱਤ, ਕਿੱਥੇ ਜਾਵਾਂ। ਔਖਾ ਹੈ ਮਾਰਕ ਦਰ ਦੀ ਫਕੀਰੀ ਦਾ। ਇਸ ਸੰਬੰਧ ਵਿੱਚ, ਕਿਉਂਕਿ ਇਹ ਜੋ ਸਿਧਾਂਤ ਹੈ, ਇਹ ਜੋ ਧਾਰਨਾ ਹੈ, ਜੋ ਕੰਸੈਪਟ ਹੈ, ਗੁਰਬਾਣੀ ਦੇ ਵਿੱਚ ਪਰਮਾਤਮਾ ਦੇ ਦਰ ਤੇ ਜੋ ਆਨੰਦ ਹੈ, ਪਰਮਾਤਮਾ ਦੇ ਦਰ ਤੇ ਜੋ ਸਕੂਨ ਹੈ, ਜੋ ਸ਼ਾਂਤੀ ਹੈ, ਜੋ ਖੁਸ਼ੀ ਹੈ, ਅਧਿਆਤਮ ਦੀ ਆਖਰੀ ਪੱਧਰ ਦੀ, ਉਸਦਾ ਜ਼ਿਕਰ ਆਉਂਦਾ ਹੈ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਜ਼ਿਕਰ ਆਉਂਦਾ ਹੈ, ਪਰਮ ਸੁਖ ਦਾ ਜ਼ਿਕਰ ਆਉਂਦਾ ਹੈ। ਪਰ ਯਥਾਰਥਿਕ ਪੱਧਰ ਤੇ ਕੁਛ ਚੀਜ਼ਾਂ ਹਨ, ਦੁਨਿਆਵੀ ਜੋ ਵਿਵਹਾਰ ਹੈ ਉਸ ਨਾਲ ਸੰਬੰਧਿਤ ਕੁਛ ਚੀਜ਼ਾਂ ਹਨ, ਜਿੱਥੇ ਫਿਰ ਕੁਛ ਜੋ ਜ਼ਿਕਰ ਗੁਰਬਾਣੀ ਦੇ ਵਿੱਚ ਵੀ ਆਇਆ ਹੈ ਉਹ ਇਸੇ ਢੰਗ ਦਾ ਹੈ, ਇਸੇ ਖਿਆਲ ਦਾ ਹੈ। ਅਲੱਗ ਅਲੱਗ ਸ਼ਬਦ ਗੁਰਬਾਣੀ ਦੇ, ਬਾਬਾ ਫਰੀਦ ਜੀ ਦੀ ਜੋ ਇਹ ਕਥਨ ਹੈ ਉਹਨਾਂ ਦਾ, ਉਸਦੀ ਡੂੰਘੀ ਪ੍ਰੋੜਤਾ ਕਰਦੇ ਹਨ ਕਿ ਔਖੀ ਹੈ ਮਾਲਕ ਦੇ ਦਰ ਦੀ ਫਕੀਰੀ, ਕਿਉਂਕਿ ਫਕੀਰੀ ਦਰਵੇਸ਼ੀ ਇਹ ਕੋਈ ਰਸਮਾਂ ਰਿਵਾਜ਼ਾਂ ਨੂੰ ਮੰਨਣ ਦਾ ਨਾਮ ਨਹੀਂ। ਕਿਸੇ ਰਸਮ ਨੂੰ ਮੰਨ ਲੈਣਾ, ਕਿਸੇ ਰਿਵਾਜ਼ ਨੂੰ ਮੰਨ ਲੈਣਾ, ਕਿਸੇ ਰਿਚੁਅਲ ਦੇ ਮਗਰ ਉਸਨੂੰ ਫਾਲੋ ਕਰਨਾ, ਉਹ ਦਰਵੇਸ਼ੀ ਦੀਆਂ ਸ਼ਰਤਾਂ ਨਹੀਂ ਹਨ। ਔਰ ਦੁਨੀਆ ਧਰਮ ਰਸਮਾਂ ਰਿਵਾਜ਼ਾਂ ਦੇ ਦੁਆਰਾ ਮੰਨਦੀ ਹੈ, ਦੁਨੀਆਂ ਦੇ ਮੰਨਣ ਦਾ ਜੋ ਪੈਮਾਨਾ ਹੈ ਉਹ ਰਸਮ ਰਿਵਾਜ਼ ਹਨ, ਤੌਰ ਤਰੀਕੇ ਹਨ, ਅਲੱਗ ਅਲੱਗ ਧਰਮ ਦਾ ਅਲੱਗ ਅਲੱਗ ਤਰੀਕਾ ਹੈ। ਔਰ ਦੁਨੀਆ ਉਹਨਾਂ ਰਸਮਾਂ ਨੂੰ, ਉਹਨਾਂ ਰਿਵਾਜ਼ਾਂ ਨੂੰ ਪੂਰਿਆਂ ਕਰਕੇ, ਕਰਮ ਕਾਂਡ ਨੂੰ ਮੰਨ ਕੇ, ਕਰਮ ਕਾਂਡਾਂ ਦੇ ਵਿੱਚੋਂ ਗੁਜ਼ਰ ਕੇ ਧਾਰਮਿਕ ਹੋਣ ਦਾ ਦੰਭ ਕਰਦੀ ਹੈ। ਦਰਵੇਸ਼ ਔਖਾ ਕੰਮ ਹੈ, ਫਕੀਰੀ ਮਾਰਗ ਦੀ ਔਖੀ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ। ਜ਼ਿਕਰ ਕਰਦੇ ਹਨ ਬੜਾ ਪਿਆਰਾ ਕਿ ਜਦ ਚੱਲਿਆ ਹਾਂ ਪਰਮਾਤਮਾ ਦੇ ਮਾਰਗ ਤੇ ਰੂਹਾਨੀਅਤ ਨਾਲ ਸੰਬੰਧਿਤ ਗੱਲ ਹੈ, ਰਸਮਾਂ ਰਿਵਾਜ਼ਾਂ ਨਾਲ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜ਼ਿਕਰ ਕਰਦੇ ਹਨ, ਸਭ ਤੋਂ ਪਹਿਲਾਂ ਦੁਨਿਆਵੀ ਹਾਲਾਤਾਂ ਦੀ ਅਸੀਂ ਗੱਲ ਕਰੀਏ, ਕਿਉਂਕਿ ਜੋ ਦਰਵੇਸ਼ੀ ਹੈ, ਜੋ ਫਕੀਰੀ ਹੈ ਮਾਲਕ ਦੀ, ਉਸਤੇ ਚੱਲਣਾ ਔਖਾ ਇਸ ਲਈ ਹੈ ਕਿ ਉਸਤੇ ਚੱਲਣਾ ਮੁਸ਼ਕਲ ਦਾ ਕੰਮ ਹੈ। ਇੱਕ ਤਾਂ ਅੰਦਰੂਨੀ ਮੁਸ਼ਕਲ ਹੈ, ਮਾਨਸਿਕ ਮੰਡਲ ਦੀ ਇੱਕ ਮੁਸ਼ਕਲ ਹੈ, ਦੁਨੀਆਂ ਦੇ ਨਾਲ ਜੋ ਦੁਨੀਆਂ ਵਿਰੋਧ ਕਰਦੀ, ਦੁਨੀਆਂ ਮੰਨਦੀ ਨਹੀਂ, ਦੁਨੀਆਂ ਮੰਨਦੀ ਨਹੀਂ ਜੇ ਕੋਈ ਦਰਵੇਸ਼ ਦਰਵੇਸ਼ੀ ਦੇ ਰਾਹ ਤੇ ਤੁਰ ਪਵੇ, ਦੁਨੀਆਂ ਵਿਰੋਧ ਕਰਦੀ ਹੈ। ਔਖਾ ਹੈ ਮਾਰਗ, ਦੋ ਪਾਸੇ ਵਿਰੋਧ ਹੈ, ਅੰਦਰੂਨੀ ਅੰਦਰ ਦੇ ਸੰਸਕਾਰ ਹਨ ਜਨਮਾਂ ਜਨਮਾਂਤਰਾਂ ਦੇ, ਉਹ ਵਿਰੋਧ ਵਿੱਚ ਖੜੇ ਹੋ ਜਾਂਦੇ ਹਨ। ਬਾਹਰੀ ਦੁਨੀਆਂ ਹੈ, ਵਿਰੋਧ ਵਿੱਚ ਖੜੀ ਹੋ ਜਾਂਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜ਼ਿਕਰ ਕਰਦੇ ਹਨ ਕਿ ਦੁਨੀਆਂ ਕੀ ਵਿਵਹਾਰ ਕਰਦੀ ਹੈ ਉਹਨਾਂ ਦੇ ਨਾਲ। ਕਹਿੰਦੇ ਹਨ, ਮੇਰੀ ਸਾਂਝ ਦੁਨੀਆਂ ਨਾਲ ਪੈਂਦੀ ਨਹੀਂ, ਮੈਂ ਦੁਨੀਆਂ ਦੇ ਬਣਾਏ ਗਏ ਸਵਾਜ ਦੇ ਬਣਾਏ ਗਏ ਢੰਗ ਤਰੀਕੇ ਨੂੰ ਮੰਨਦਾ ਨਹੀਂ। ਪਰ ਦੁਨੀਆਂ ਵਿਰੋਧ ਵਿੱਚ ਖੜੀ ਹੋ ਜਾਂਦੀ ਹੈ, ਦੁਨੀਆਂ ਕਹਿੰਦੀ ਹੈ ਜਾਂ ਤਾਂ ਚੱਲ, ਅਗਰ ਧਾਰਮਿਕ ਵੀ ਹੋਣਾ ਹੈ ਤਾਂ ਉਸ ਤਰ੍ਹਾਂ ਧਾਰਮਿਕ ਹੋ ਜਿਸ ਤਰ੍ਹਾਂ ਅਸੀਂ ਸਿਧਾਂਤ ਅਪਣਾਏ ਨੇ ਧਰਮ ਦੇ, ਗੁਰੂ ਨਾਨਕ ਦੇਵ ਜੀ ਨਹੀਂ ਮੰਨਦੇ। ਜਦ ਦੁਨੀਆਂ ਦੇਖਦੀ ਹੈ ਕਿ ਮੰਨਦਾ ਨਹੀਂ ਤਾਂ ਫਿਰ ਦੁਨੀਆਂ ਵਿਰੋਧ ਵਿੱਚ ਖੜੀ ਹੋ ਜਾਂਦੀ ਹੈ। ਸਤਿਗੁਰੂ ਆਪਣੀ ਪਾਵਨ ਬਾਣੀ ਵਿੱਚ ਜ਼ਿਕਰ ਕਰਦੇ ਹਨ, ਕੋਈ ਆਖੇ ਭੂਤਣਾ, ਕੋ ਕਹੇ ਬੇਤਾਲਾ, ਕੋਈ ਕਹਿੰਦਾ ਹੈ ਤਾਂ ਭੂਤਣਾ ਪਛੜਿਆ ਹੋਇਆ, ਕੀ ਗੱਲਾਂ ਕਰਦਾ ਹੈ, ਖੰਡਨ ਕਰਦਾ ਹੈ ਧਾਰਮਿਕ ਰਸਮਾਂ ਦਾ। ਉਹ ਧਾਰਮਿਕ ਰਸਮਾਂ ਜੋ ਅਸੀਂ ਸਦੀਆਂ ਸਦੀਆਂ ਤੋਂ ਅਪਣਾਈਆਂ ਹਨ, ਇਹ ਰੱਦ ਕਰਦਾ ਹੈ ਭੂਤਣਾ। ਕੋਈ ਬੇਤਾਲਾ ਕਹਿੰਦਾ ਹੈ, ਬੇਤਾਲਾ ਤੋਂ ਭਾਵ ਜੋ ਉਖੜਿਆ ਹੈ ਤਾਲ ਦੇ ਵਿੱਚੋਂ, ਤਾਲ ਦੇ ਵਿੱਚ ਨਹੀਂ ਚੱਲ ਸਕਦਾ। ਤਾਲ ਕੀ ਹੈ? ਦੁਨੀਆਂ ਦੀ ਰਿਦਮ ਅਲੱਗ ਹੈ, ਦੁਨੀਆਂ ਦੀ ਰਿਦਮ ਦੇ ਨਾਲ ਮੇਜ ਨਹੀਂ ਖਾਂਦੇ ਗੁਰੂ ਨਾਨਕ ਦੇਵ ਜੀ। ਦੁਨੀਆਂ ਦੀ ਰਿਦਮ ਅਲੱਗ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਰਿਦਮ ਅਨੂਠੀ ਹੈ, ਉਹ ਦੁਨੀਆਂ ਨਾਲ ਮੇਲ ਨਹੀਂ ਖਾਂਦੇ। ਔਰ ਦੁਨੀਆਂ ਫਿਰ ਬੇਤਾਲਾ ਕਹਿੰਦੀ ਹੈ, ਕਿਉਂਕਿ ਦੁਨੀਆਂ ਨੂੰ ਲੱਗਦਾ ਹੈ ਸਾਡੇ ਨਾਲ ਮੇਲ ਨਹੀਂ ਖਾ ਰਿਹਾ ਬੇਤਾਲਾ। ਕੋਈ ਆਖੇ ਭੂਤਣਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਸਤਿਗੁਰੂ ਫਰਮਾਉਂਦੇ ਹਨ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਲ ਰਹਿਣਾ। ਕਹਿੰਦੇ ਮੈਂ ਤਾਂ ਆਸ਼ਿਕ ਹਾਂ ਪਰਮਾਤਮਾ ਦਾ, ਦੀਵਾਨਾ ਹਾਂ, ਮੈਂ ਦੀਵਾਨਗੀ ਹੈ ਮੇਰੇ ਵਿੱਚ, ਮੈਂ ਉਹ ਰਸਮਾਂ ਰਿਵਾਜ਼ਾਂ ਨੂੰ ਫੋਲੋ ਨਹੀਂ ਕਰ ਸਕਦਾ ਜੋ ਪ੍ਰਚਲਿਤ ਹਨ, ਬਸ ਅੰਦਰੂਨੀ ਭਾਵ ਕੋਈ ਨਹੀਂ ਉਹਨਾਂ ਦਾ ਜਿੰਦਾ ਰਹਿ ਗਿਆ, ਮੈਂ ਨਹੀਂ ਮੰਨਦਾ। ਔਰ ਦੁਨੀਆਂ ਵਿਰੋਧ ਵਿੱਚ ਖੜੀ, ਆਸ਼ਿਕ ਹਾਂ ਪਰਮਾਤਮਾ ਦਾ, ਦੀਵਾਨਾ ਹਾਂ, ਦੀਵਾਨਗੀ ਹੈ ਮੇਰੇ ਵਿੱਚ, ਔਰ ਦੁਨੀਆਂ ਵਿਰੋਧ ਵਿੱਚ ਹੈ, ਕਿਉਂਕਿ ਦੁਨੀਆਂ ਮੰਨੇਗੀ ਨਹੀਂ ਕੋਈ ਦਰਵੇਸ਼ ਹੋ ਜਾਵੇਗਾ ਤੇ, ਦੁਨੀਆਂ ਉਸਨੂੰ ਮੰਨੇਗੀ ਜੋ ਦੁਨੀਆਂ ਦੇ ਹਿੱਤ ਵਿੱਚ ਹੈ। ਦੁਨੀਆਂ ਮੰਨੇਗੀ ਕੋਈ ਕੋਈ ਵਿਦਵਾਨ ਹੋ ਜਾਵੇ, ਦੁਨੀਆਂ ਮੰਨੇਗੀ, ਕੋਈ ਡਾਕਟਰ ਬਣ ਜਾਵੇ, ਦੁਨੀਆਂ ਮੰਨੇਗੀ, ਦੁਨੀਆਂ ਬਣਾਵੇਗੀ, ਦੁਨੀਆਂ ਮਦਦ ਕਰੇਗੀ, ਕੋਈ ਇੰਜੀਨੀਅਰ ਬਣਨਾ ਚਾਹੇ, ਸਿਸਟਮ ਹੈ, ਬਣਿਆ ਹੋਇਆ ਹੈ, ਇੱਕ ਪ੍ਰੋਸੈਸ ਹੈ, ਉਸਦੇ ਵਿੱਚ ਸ਼ਾਮਿਲ ਹੋ ਕੇ ਗੁਜ਼ਰ ਜਾਓ,
जो संबंधित स्टडी है, कोई बन जाएगा इंजीनियर, कोई डॉक्टर, कोई वकील, कोई प्रोफेसर, पर दुनिया ने आज तक एक भी सिस्टम क्रिएट नहीं किया कि कोई दरवेश हो जावे, कोई फकीर हो जावे, दुनिया नहीं करती। क्यों? दुनिया के हित विच नहीं है। जो दरवेश हो जाएगा वो दुनिया के जो जीवन शैली है दुनिया की उसके प्रश्न चिन्ह ला देगा, सवालिया निशान खड़ा कर देगा। सवालिया निशान खड़े किए हैं साहिब श्री गुरु नानक देव महाराज ने, भगत कबीर जी ने, और ऐसे सवालिया निशान खड़े किए हैं, ऐसे वो अपने सिद्धांत खड़े हुए हैं कि दुनिया को अंत विच झुकना पे। जब उन्होंने अपने आप को सिद्ध कर दिता कि नहीं, तो फिर दुनिया ने उन्होंने जेतू गर्दान दिता। पर एक बड़ा लंबा उसके पीछे एक मुशक्कत है, उसके पीछे सतगुरु उस मुशक्कत का जिक्र भी करते हैं। जिनी नाम ते आया गए मुशक्कत काल, पर मार्ग भिखम है, बड़ी मुशक्कत है उसके, दुनिया विरोध करती। साहिब श्री गुरु नानक देव महाराज बड़ी प्यारी घटना उन्होंने जीवन की असी बहुत वार सुनी है कि उन्होंने पिता जी उन्होंने कुछ रकम देंगे दे हैं, इतिहास में 20 रुपए आते हैं कि जाओ कोई व्यापार करके आओ, जाओ कुछ खट कमा के लेके आओ, जाओ सिद्ध करो अपने आप को दुनिया के मैदान में, कारोबार के खेत्र में कि तुसी जीवन जीना है, जाओ रास दिती है। और सतगुरु साहिब श्री गुरु नानक देव महाराज बड़ा अनूठा जीवन है, मना नहीं करते, ले लेंदे हैं, तुर भी पैंदे हैं, पर जाके लोड़वंदा के उत्ते खर्च कर देंदे हैं, जरूरतमंदा के उत्ते खर्च कर देंदे हैं, वापसी ते सजा मिलती है, कर वापसी सजा मिलती है, कितने लुटा देती है दौलत। गुरु नानक का रस्ता मेच नहीं खाना दुनिया। और हैरानी की गल है, बाबा फरीद जी उन्होंने भी दरवेशी गाखड़ी, उन्हों का मार्ग भी दरवेशी का बिखम है, फिर गुरु नानक देव महाराज उन्हों का मार्ग भी जो ब्रह्म ज्ञान का है वह बिखम है। कि दुनिया बदलती नहीं, चाहे सदियां गुजर जाए दुनिया उत्थे खड़ी, दुनिया बदलती नहीं। अज असी गुरु नानक देव महाराज जी की सिक्ख्या मत्था टेकते हाँ, कुर्बान जाते हाँ, असी मुहावरे बनाए हुए हैं गुरु के लंगर बारे कि यह गुरु का लंगर वो है जिहड़ा साहिब श्री गुरु नानक देव महाराज ने 20 रुपए खर्च करके आरंभ किया सी, और इसको कदे तोड़ नहीं होती, इसको कदे किसी किस्म की घाट नहीं होती। सच है आउंदी भी नहीं, आवेगी भी नहीं, पर अज अगर कोई उठ के साढ़े विचों जां साडा कोई परिवारक मैंबर जां साडी औलाद उठ के तुर पवे कि मैं गुरु नानक का सिख हाँ, मैं भी गुरु नानक वांग टक्कर लवांगा समय के राजनीति बनांगा सिस्टम के नाल, बेईमानी के नाल, गलत रस्म रिवाज जो धर्म के नाते प्रचलित हैं उन्होंने नाल, कोई उठ के घरों तुर पवे कि मैं नौकरी नहीं करांगा, मैं पढ़ाई नहीं करांगा, मैं कारोबार नहीं करांगा, मैं गुरु नानक का सिख हाँ, गुरु नानक दे जो गुरु नानक ने पैर पाई है मैं उस पर चलांगा, असी उसनों मनोंगे इजाजत दोंगे, साडा कोई भाई भैन साढ़े बिच उठ के साड़ी औलाद कहे कि मैं तो गुरु नानक के रस्ते से चलना है। असी अज भी गुरु नानक मानते नहीं, व्यवहारिक तौर पर असी कहे तेरा काम है, पूरी दुनिया पई तू अपनी जिंदगी जी, तू पढ़ लिख कारोबार कर, तेरा काम नहीं जाके लोगों का मत्था मारना। दरवेशी उस रस्ते पर कोई तुर पे दुनिया परवाह नहीं करती, अज भी नहीं करती,
ਅੱਜ ਦੀ ਕੁੜੀ ਆਪਣਾ ਸਰਮਾਇਆ ਜੋ ਮਾਤਾ ਪਿਤਾ ਨੇ ਉਸ ਨੂੰ ਦਿੱਤਾ ਹੈ ਕਿ ਜਾ ਤੂੰ ਕਾਰੋਬਾਰ ਕਰ ਪੜ੍ਹਾਈ ਕਰ ਉਹ ਜਾ ਕੇ ਲੁੱਟਾਵੇ ਗਰੀਬਾਂ ਦੇ ਮਾਤਾ ਪਿਤਾ ਦੇ ਮਨ ਵਿੱਚ ਕਦੇ ਇਹ ਸੰਕਲਪ ਨਹੀਂ ਆਵੇਗਾ ਕਿ ਇਹ ਤਾਂ ਨਾਨਕ ਦਾ ਰਸਤਾ ਹੈ ਔਰ ਸਾਡਾ ਬੱਚਾ ਗੁਰੂ ਨਾਨਕ ਦੇ ਰਸਤੇ ਤੇ ਚੱਲਦਾ ਹੈ ਨਹੀਂ ਉਹਨਾਂ ਦੇ ਮਨ ਵਿੱਚ ਜੋ ਧਾਰਨਾ ਬਣੇਗੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਿਤਾ ਵਾਲੀ ਹੀ ਬਣੇਗੀ ਉਹਨਾਂ ਦੇ ਮਨ ਦੀ ਧਾਰਨਾ ਉਹੀ ਰਹੇਗੀ ਉਹ ਪਿਤਾ ਅੱਜ ਵੀ ਨਹੀਂ ਬਦਲਿਆ ਗਖੜੀ ਹੈ ਉਹ ਸੇਵਾ ਮਾਲਕ ਦੁਨੀਆਂ ਵਿਰੋਧ ਕਰਦੀ ਹੈ ਅੱਜ ਵੀ ਵਿਵਹਾਰਿਕ ਤਲ ਤੇ ਅਸੀਂ ਚਾਹਾਂਗੇ ਨਹੀਂ ਕਿ ਸਾਡੇ ਬੱਚੇ ਦਰਵੇਸ਼ ਹੋ ਜਾਣ ਉਹ ਦੀਵਾਨਗੀ ਦਾ ਮਸਲਾ ਹੈ ਉਹ ਰੂਹਾਨਗੀ ਦਾ ਮਸਲਾ ਹੈ ਸਤਿਗੁਰ ਕਹਿੰਦੇ ਹਨ ਭਾਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ ਮੈਂ ਤਾਂ ਦੀਵਾਨਾ ਪਰਮਾਤਮਾ ਦਾ ਮੈਨੂੰ ਕੀ ਪਤਾ ਕਿ ਇਹ ਕੀ ਆਸਾਂ ਰੱਖਦੇ ਨੇ ਮੇਰੇ ਤੋਂ ਮੈਂ ਉਹਨਾਂ ਤੇ ਖਰਾ ਨਹੀਂ ਉਤਰਦਾ ਇਹ ਪਤਾ ਨਹੀਂ ਕੀ ਕੀ ਆਸਾਂ ਰੱਖ ਕੇ ਬੈਠੇ ਨੇ ਮੈਂ ਖਰਾ ਨਹੀਂ ਉਤਰਦਾ ਔਰ ਫਿਰ ਮੈਂ ਬਿਤਾਲਾ ਹੋ ਜਾਂਦਾ ਫਿਰ ਮੈਂ ਉਤਨਾ ਹੋ ਜਾਂਦਾ ਸਤਿਗੁਰੂ ਕਹਿੰਦੇ ਨੇ ਹਾਂ ਹਰ ਦਿਨ ਅਵਰਨਾ ਜਾਂਦਾ ਕਹਿੰਦੇ ਮੇਰਾ ਮੇਰੀ ਜੋ ਸਾਂਝ ਹੈ ਉੱਥੇ ਪਰਮਾਤਮਾ ਨਾਲ ਹੈ ਮੈਂ ਉਸ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦਾ ਨਹੀਂ ਮੇਰਾ ਉਸ ਤੋਂ ਬਿਨਾਂ ਕਿਸੇ ਹੋਰ ਨਾਲ ਰਿਸ਼ਤਾ ਨਹੀਂ ਗੱਲ ਨਹੀਂ ਔਰ ਇਹਨਾਂ ਨੂੰ ਮੈਂ ਜੱਚਦਾ ਨਹੀਂ ਸੋ ਮੈਂ ਉਖੜਿਆ ਹਾਂ ਇਹਨਾਂ ਦੀ ਨਜ਼ਰ ਦੇ ਵਿੱਚ ਬਿਤਾਵਾਂ ਦੁਨੀਆਂ ਦਾ ਰਸਤਾ ਅਲੱਗ ਹੈ ਦੁਨੀਆਂ ਅਗਰ ਧਾਰਮਿਕ ਵੀ ਹੋ ਜਾਵੇ ਤਾਂ ਉਹ ਰੂਹਾਨਗੀ ਦੀ ਧਾਰਮਿਕਤਾ ਨਹੀਂ ਰੂਹਾਨਗੀ ਦਾ ਧਰਮ ਨਹੀਂ ਲੱਖਾਂ ਦੀ ਭੀੜ ਹੁੰਦੀ ਹੈ ਧਰਮ ਸਥਾਨਾਂ ਤੇ ਖਾਸ ਖਾਸ ਮੌਕਿਆਂ ਤੇ ਪੰਜ ਪੰਜ ਦਸ ਦਸ ਲੱਖ ਪਹੁੰਚ ਜਾਂਦੇ ਨੇ ਵੱਡੇ ਵੱਡੇ ਤੀਰਥ ਸਥਾਨਾਂ ਤੇ ਕੀ ਉਹ ਸਾਰੇ ਧਾਰਮਿਕ ਨੇ ਭਗਤ ਕਬੀਰ ਜੀ ਬੜਾ ਖੂਬਸੂਰਤ ਜ਼ਿਕਰ ਕਰਦੇ ਹਨ ਇਹ ਜਿਹੜੀਆਂ ਧਾਰਮਿਕ ਭੀੜਾਂ ਹੁੰਦੀਆਂ ਨੇ ਉਸ ਸੰਬੰਧ ਵਿੱਚ ਕਹਿੰਦੇ ਹਨ ਕਿ ਜਿਸ ਰਸਤੇ ਮੈਂ ਚੱਲਿਆ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕੋਈ ਭੀੜਾਂ ਬਹੁਤ ਨੇ ਮੈਨੂੰ ਕਦੇ ਕੋਈ ਮਿਲਿਆ ਨਹੀਂ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ ਇੱਕ ਅਵਘਟ ਘਾਟੀ ਰਾਮ ਕੀ ਤਿਹ ਚੜ੍ਹ ਰਹੇ ਹੋ ਕਬੀਰ ਕਹਿੰਦੇ ਮੈਂ ਤਾਂ ਇਕੱਲਾ ਜਾ ਰਿਹਾ ਉਸ ਬਿਖਮ ਘਾਟੀ ਦੇ ਉੱਪਰ ਮੈਂ ਤਾਂ ਇਕੱਲਾ ਜਾ ਰਿਹਾ ਕਦੇ ਕੋਈ ਨਜ਼ਰ ਨਹੀਂ ਆਇਆ ਔਰ ਭੀੜਾਂ ਵਹੀਰਾਂ ਜਾ ਰਹੀਆਂ ਨੇ ਰਸਮਾਂ ਰਿਵਾਜਾਂ ਦੀ ਤਰਫ ਜਿਹੜੇ ਕਿ ਸੌਖੇ ਨੇ ਕਰਨੇ ਕਰੋ ਵੀ ਤੇ ਧਰਮ ਔਰ ਧਾਰਮਿਕ ਹੋਣ ਦਾ ਦੰਭ ਆਪਣੇ ਆਪ ਨੂੰ ਧੋਖੇ ਵਿੱਚ ਵੀ ਰੱਖੋ ਕਰਮ ਕਾਂਡ ਕਰੋ ਧਾਰਮਿਕ ਅਖਵਾਓ ਭੀੜਾਂ ਦੇ ਮਾਲਕ ਬਣੋ ਭੀੜ ਦੇ ਵਿੱਚ ਸ਼ਾਮਿਲ ਹੋ ਜਾਓ ਜੇ ਮਾਰਗ ਪੰਡਿਤ ਗਏ ਜਿੱਥੇ ਉਹ ਪੰਡਿਤ ਗਏ ਵਿਦਵਾਨ ਗਏ ਜੋ ਧਰਮ ਦੀਆਂ ਬੜੀਆਂ ਲੰਬੀਆਂ ਚੌੜੀਆਂ ਗਿਣਤੀਆਂ ਮਿਣਤੀਆਂ ਜਾਣਦੇ ਸਨ ਸਭ ਕੈਲਕੂਲੇਸ਼ਨ ਜਾਣਦੇ ਸਨ ਸਭ ਤਰ੍ਹਾਂ ਦੇ ਧਾਰਮਿਕ ਸਾਹਿਤ ਜਿਹਨਾਂ ਨੂੰ ਜ਼ੁਬਾਨੀ ਯਾਦ ਸਨ ਪਰ ਮੈਂ ਤਾਂ ਕਹਾਂ ਤੂੰ ਦਰਵੇਸ਼ੀ ਗਾਖੜੀ ਫਰੀਦਾ ਦਰ ਦਰਵੇਸ਼ੀ ਗਾਖੜੀ ਇਹ ਤਾਂ ਬੜਾ ਮੁਸ਼ਕਿਲ ਹੈ ਸਬਜੈਕਟ ਫਿਰ ਇਹ ਸਾਰਾ ਬਾਹਰੀ ਵਿਰੋਧ ਹੈ ਫਿਰ ਇੱਕ ਅੰਦਰੂਨੀ ਵਿਰੋਧ ਹੈ ਬੜਾ ਡੂੰਘਾ ਉਹ ਕਿਹੜਾ ਹੈ ਤੀਸਰੇ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਰਦੇ ਹਨ ਕਹਿੰਦੇ ਹਨ ਭਗਤਾਂ ਕੀ ਚਾਲ ਨਿਰਾਲੀ ਕਹਿੰਦੇ ਹਨ ਮਾਲਕ ਦੇ ਦਰ ਤੇ ਜੋ ਚੱਲਦੇ ਹਨ ਉਹਨਾਂ ਦੀ ਚਾਲ ਬੜੀ ਨਿਰਾਲੀ ਹੈ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਔਖੇ ਰਾਹ ਚੱਲਦੇ ਹਨ ਔਖਾ ਰਾਹ ਕਿਵੇਂ ਹੈ ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ
ਬਹੁਤ ਨਾ ਹੀ ਬੋਲਣਾ। ਅੰਦਰੂਨੀ ਵਿਰੋਧ ਹਨ, ਅੰਦਰ ਸਾਨੂੰ ਵਿਰੋਧ ਸਾਰੇ ਲਵ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਆਪਣਾ ਆਪ ਗਵਾਉਣਾ ਪੈਂਦਾ ਹੈ ਉਸ ਮਾਰਗ ਤੇ ਚੱਲਣ ਲੱਗੇ ਔਰ ਦੁਨੀਆਂ ਨੂੰ ਜਿੱਛੇਗੀ ਨਹੀਂ ਬਾਤ ਕਿਉਂਕਿ ਦੁਨੀਆਂ ਕਹੇਗੀ ਕਿ ਤੂੰ ਕਾਰੋਬਾਰੀ ਹੋ ਕਿ ਤੂੰ ਤਰੱਕੀ ਕਰ ਧਨ ਪਦਾਰਥ ਦੌਲਤ ਦੇ ਤਲ ਤੇ ਸ਼ੋਹਰਤ ਦੇ ਤਲ ਤੇ ਤੂੰ ਰਾਜਨੀਤਿਕ ਹੋ ਜਾ ਤਾਕਤ ਦੇ ਪਹਾੜ ਤੇ ਚੜ ਜਾ ਔਰ ਉਸ ਐਂਬੀਸ਼ਨ ਵਾਸਤੇ ਜੋ ਤ੍ਰਿਸ਼ਨਾਵਾਂ ਲੋੜੀਂਦੀਆਂ ਹਨ ਇਹ ਸਭ ਕੁਛ ਕਰਨ ਵਾਸਤੇ ਬੜੀਆਂ ਡੂੰਘੀਆਂ ਜੋ ਤ੍ਰਿਪਤ ਹੋ ਗਿਆ ਜੋ ਰੱਜ ਗਿਆ ਉਹ ਤਾਕਤ ਦੇ ਪਹਾੜ ਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰੇਗਾ ਦੌਲਤ ਦੇ ਜੋ ਮੀਨਾਰ ਨਹੀਂ ਬਣਾਏਗਾ ਕਿਉਂ ਬਣਾਏਗਾ ਇਸ ਲਈ ਦੁਨੀਆਂ ਦੀਆਂ ਲਾਲਸਾਵਾਂ ਪੂਰੀਆਂ ਕਰਨ ਲਈ ਇਹ ਸਭ ਲੋੜੀਂਦਾ ਹੈ ਜਿਸ ਨੂੰ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਰੱਦ ਕਰ ਰਹੇ ਹਨ ਲਵ ਲੋਭ ਅਹੰਕਾਰ ਤਜ ਤ੍ਰਿਸ਼ਨਾ ਇਹ ਸਭ ਲੋੜੀਂਦਾ ਹੈ ਦੁਨੀਆਂ ਇਹ ਸਭ ਲੋੜੀਂਦਾ ਹੈ ਦੁਨੀਆਂ ਦੇ ਖੇਤਰਾਂ ਵਿੱਚ ਜਿਸ ਤਰ੍ਹਾਂ ਦਾ ਪ੍ਰਬੰਧ ਹੈ ਮੌਜੂਦਾ ਬਹੁਤ ਨਾ ਹੀ ਬੋਲਣਾ ਖਣਿਓ ਟਿੱਕੀ ਵਾਲੋ ਟਿੱਕੀ ਇੱਕ ਮਾਰਗ ਜਾਣਾ ਔਖਾ ਮਾਰਗ ਫਰੀਦਾ ਦਰ ਦਰਵੇਸ਼ੀ ਗਖੜੀ ਬਾਬਾ ਫਰੀਦ ਜੀ ਕਹਿੰਦੇ ਹਨ ਕਿ ਬੜਾ ਔਖਾ ਹੈ ਮਾਰਗ ਦਰਵੇਸ਼ੀ ਦਾ ਨਿੱਜੀ ਹੋਇਆ ਪਿਆ ਚੱਲਾਂ ਦੁਨੀਆਂ ਭੱਤ ਕਿ ਦੁਨੀਆਂ ਦੇ ਰਸਤੇ ਚੱਲ ਪਾਵਾਂ ਜੇ ਮਾਰਗ ਪੰਡਿਤ ਗਏ ਪਾਸ਼ੇ ਪਰੀ ਮਹੀਰ ਹਿੱਸਾ ਹੋ ਜਾਵਾਂ ਉਹਨਾਂ ਦਾ ਉਹ ਤਾਂ ਸੌਖਾ ਹੈ ਕੰਮ ਬੰਨ ਉਠਾਏ ਓਟਲੀ ਕਿੱਥੇ ਵਜਾ ਕੱਦ ਕਹਿੰਦੇ ਹਨ ਨਹੀਂ ਉਹ ਓਟਲੀ ਮਾਲਕ ਦੇ ਪਿਆਰ ਦੀ ਉਸਦੀ ਦੀਵਾਨਗੀ ਦੀ ਰੂਹਾਨੀਅਤ ਦੀ ਉਸ ਹਕੀਕੀ ਮੁਹੱਬਤ ਦੀ ਸਿਰ ਤੇ ਉਠਾਈ ਹੋਈ ਹੈ ਹੁਣ ਇਹਨੂੰ ਸੁੱਟ ਕੇ ਕਿੱਥੇ ਜਾਵਾਂ ਨਹੀਂ ਇਸ ਮਨੋ ਅਵਸਥਾ ਨੂੰ ਉਹ ਇਸ ਤੋਂ ਅਗਲੇਰੇ ਸਲੋਕ ਦੇ ਵਿੱਚ ਖੋਲਦੇ ਹਨ ਕਿੰਝ ਨਾ ਬੁੱਝੇ ਕਿੰਝ ਨਾ ਸੋਚੇ ਦੁਨੀਆਂ ਗੁੱਝੀ ਪਾ ਕਹਿੰਦੇ ਦੁਨੀਆਂ ਦਾ ਵਿਵਹਾਰ ਇਸ ਤਰ੍ਹਾਂ ਦਾ ਹੈ ਦੁਨੀਆਂ ਕੁਛ ਇਸ ਤਰ੍ਹਾਂ ਦੀ ਗੱਲ ਹੈ ਐਸੀ ਗੁਜ਼ਾਰਤ ਹੈ ਇਹਦਾ ਕੁਛ ਪਤਾ ਨਹੀਂ ਚੱਲਦਾ ਕਿੰਝ ਨਾ ਬੁੱਝੇ ਕਿੰਝ ਨਾ ਸੋਚੇ ਨਾ ਨਜ਼ਰ ਆਉਂਦੀ ਹੈ ਹਕੀਕਤ ਇਸ ਦੀ ਦੁਨੀਆਂ ਗੁੱਝੀ ਗੁੱਝੀ ਤੋਂ ਭਾਵ ਹੈ ਜੋ ਲੁਕੀ ਹੋਈ ਚੀਜ਼ ਹੈ ਹਿਡਨ ਨਜ਼ਰ ਨਹੀਂ ਆਉਂਦੀ ਜੋ ਬਾਹਰੀ ਤੌਰ ਤੇ ਬਾਹਰੀ ਨਜ਼ਰ ਦੇ ਨਾਲ ਪਤਾ ਨਾ ਚੱਲੇ ਜਿਸ ਚੀਜ਼ ਦਾ ਗੁੱਝੀ ਭਾਵ ਤੋਂ ਭਾਵ ਅੱਗ ਦੁਨੀਆਂ ਦੇ ਅੰਦਰ ਤੁਖਦੀ ਹੋਈ ਅੱਗ ਹੈ ਬਾਹਰੋਂ ਨਜ਼ਰ ਨਹੀਂ ਆਉਂਦੀ ਬਾਹਰੋਂ ਸ਼ਾਂਤ ਹੈ ਅੰਦਰੋਂ ਬੜੀ ਗੁੱਝੀ ਭਾਵ ਹੈ ਇੱਕ ਨਿੱਜੀ ਵਾਹ ਇੱਕ ਲੰਬੀ ਉਮਰ ਭੋਗੀ ਹੈ ਬਾਬਾ ਫਰੀਦ ਜੀ ਨੇ ਸੋ ਦੁਨਿਆਵੀ ਤੱਥਾਂ ਨੂੰ ਬੜੀ ਡੂੰਘਾਈ ਨਾਲ ਜਾਣਦੇ ਹਨ ਦੁਨਿਆਵੀ ਸੁਭਾਅ ਨੂੰ ਬੜੀ ਡੂੰਘਾਈ ਦੇ ਨਾਲ ਜਾਣਦੇ ਹਨ ਉਹਨਾਂ ਦੀ ਬਾਣੀ ਦਾ ਜ਼ਿਕਰ ਹੈ ਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆਂ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚੀਆਂ ਉਹਨਾਂ ਦਾ ਵਾਹ ਪੈਂਦਾ ਐਸੇ ਲੋਕਾਂ ਦਾ ਜੋ ਮਨ ਤੋਂ ਹੋਰ ਹਨ ਮੁੱਖ ਤੋਂ ਹੋਰ ਗੁੱਝੇ ਹਨ ਦੁਨੀਆਂ ਗੁੱਝੀ ਪਾ ਕਹਿੰਦੇ ਹਨ ਕਿ ਪਤਾ ਨਹੀਂ ਲੱਗਦਾ ਕਿਉਂਕਿ ਸਰਲਤਾ ਹੈ ਦਰਵੇਸ਼ ਬੜਾ ਸਰਲ ਹੈ ਦਰਵੇਸ਼ ਦਾ ਜੋ ਚਿੱਤ ਹੈ ਦਰਵੇਸ਼ ਦਾ ਜੋ ਮਨ ਹੈ ਉਹ ਕੰਪਲੀਕੇਟ ਨਹੀਂ ਰਹਿ ਗਿਆ ਸਰਲ ਹੈ ਬੜਾ ਸੋ ਉਸ ਸਰਲਤਾ ਦੇ ਵਿੱਚ ਉਹ ਦੁਨੀਆਂ ਦੀਆਂ ਜੋ ਰੌਂਝਾਂ ਦੁਨੀਆਂ ਦੀਆਂ ਜੋ